ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਮਲਹਾਰ ਵਿੱਚ ਜਿਹੜੀ ਆਪਾਂ ਬੰਦਿਸ਼ ਕੀਤੀ ਸੀ, ਸ਼ਬਦ ਕੀਤਾ ਸੀ ਏਕ ਤਾਲ ਦੇ ਵਿੱਚ, ਉਸ ਬੰਦਿਸ਼ ਵਿੱਚ ਆਪਾਂ ਕੁਝ ਤਾਨਾ ਕਰਾਂਗੇ। ਏਕ ਤਾਲ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਹਾਂ ਕਿਸ ਤਰ੍ਹਾਂ ਕਿੱਥੋਂ ਗਾਇਨ ਕਰਨੀ ਹੈ, ਕਿੱਥੋਂ ਆਪਾਂ ਸਰਗਮ ਨੂੰ ਚੁੱਕਣਾ ਹੈ। ਇਹ ਜਿਹੜੀ ਤਾਨਾ ਹੁੰਦੀਆਂ ਹਨ, ਜਦੋਂ ਸਾਰਾ ਸ਼ਬਦ ਤੁਹਾਡਾ ਤੁਸੀਂ ਗਾਉਂਦੇ ਹੋ ਕਿਤੇ ਸਟੇਜ 'ਤੇ, ਸਾਰਾ ਸ਼ਬਦ ਖਤਮ ਹੋ ਜਾਂਦਾ ਹੈ, ਉਸ ਤੋਂ ਬਾਅਦ ਤੁਸੀਂ ਲੈਅ ਨੂੰ ਥੋੜ੍ਹੀ ਤੇਜ਼ ਕਰਕੇ, ਜਿੰਨਾ ਤੁਸੀਂ ਰਿਆਜ਼ ਕੀਤਾ ਹੈ ਉਸ ਹਿਸਾਬ ਨਾਲ ਲੈਅ ਨੂੰ ਤੇਜ਼ ਕਰਕੇ ਫਿਰ ਤਾਨਾ ਲਗਾਉਣੀਆਂ ਹੁੰਦੀਆਂ ਹਨ, ਲਾਸਟ ਦੇ ਵਿੱਚ ਸਾਰਾ ਸ਼ਬਦ ਖਤਮ ਕਰਕੇ। ਹੁਣ ਦੇਖੋ ਬਰਸ ਸਰਸ, ਸਰਸ ਤੋਂ ਚੱਕਣੀ ਹੈ ਪਹਿਲੀ ਤਾਨ। ਬਰਸ ਸਰਸ ਮਾ ਗਾ ਮਾ ਰੀ ਗਾ ਮਾ ਪਾ ਮਾ ਗਾ ਮਾ ਰੀ ਸਾ, ਇਹ ਡਬਲ ਚੱਲਣੀ ਹੈ, ਜਿਹੜੀ ਵੀ ਤੁਹਾਡੀ ਲੈਅ ਚੱਲਦੀ ਹੈ ਉਸ ਤੋਂ ਡਬਲ ਚੱਲਣੀ ਹੈ। ਬਰਸ ਸਰਸ ਮਾ ਗਾ ਮਾ ਰੀ ਗਾ ਮਾ ਪਾ ਮਾ ਗਾ ਮਾ ਰੀ ਸਾ, ਜਿੱਦਾਂ ਕਿ 1 2 3 4 5 6 7 8 9 10 11 12 1 2 3 4 5 6 7 8 9 10 11 12, ਇਹ ਡਬਲ ਚੱਲਣੀ ਹੈ। ਜਿੰਨੀ ਵੀ ਤੁਸੀਂ ਲੈ ਤੇਜ਼ ਰੱਖੋਗੇ ਉਸਦੀ ਡਬਲ ਹੋਵੇਗੀ, ਇਸ ਲਈ ਤੁਸੀਂ ਉਨੀ ਕੀ ਲੈ ਤੇਜ਼ ਕਰਨੀ ਹੈ ਜਿੰਨੀ ਤੁਸੀਂ ਸਰਗਮ ਤੇਜ਼ ਗਾ ਸਕਦੇ ਹੋ। ਬਰਸ ਸਰਸ ਮਾ ਗਾ ਮਾ ਰੀ ਗਾ ਮਾ ਪਾ ਮਾ ਗਾ ਮਾ ਰੀ ਸਾ, ਬਰਸ ਸਰਸ ਫਿਰ ਅਗਲੀ ਵਾਰੀ ਲਾਈਨ ਤੁਸੀਂ ਪੂਰੀ ਬੋਲਣੀ ਹੈ, ਫਿਰ ਅੱਧੀ ਬੋਲ ਕੇ ਦੂਸਰੀ ਤਾਲ ਚੁੱਕਣੀ ਹੈ। ਬਰਸ ਸਰਸ ਪਾਣੀ ਦਾ ਪਾ ਮਾ ਪਾ ਮਾ ਗਾ ਮਾ ਰੀ ਸਾ, ਬਰਸ ਸਰਸ ਸਰਸ ਕਹਿ ਕੇ ਫਿਰ ਦੂਸਰੀ ਤਾਲ, ਪਾਣੀ ਦਾ ਪਾ ਮਾ ਪਾ ਮਾ ਗਾ ਮਾ ਰੀ ਸਾ, ਬਰਸ ਸਰਸ ਜਿਹੜੀ ਤੀਸਰੀ ਤਾਲ ਹੈ ਉਹ ਵੱਡੀ ਹੈ 12 ਮਾਤਰਾ ਦੀ, ਉਹ ਤੁਸੀਂ ਸਮ ਤੋਂ ਚੱਕਣੀ ਹੈ ਪੂਰੀ ਲਾਈਨ ਬੋਲ ਕੇ। ਬਰਸ ਸਰਸ ਆ ਗਿਆ ਮਾ ਗਾ ਮਾ ਰੀ ਗਾ ਮਾ ਪਾ ਮਾ ਗਾ ਮਾ ਪਾ ਮਾ ਗਾ ਮਾ ਰੀ ਸਾ ਪਾ ਮਾ ਗਾ ਮਾ ਰੀ ਸਾ, ਤੀਸਰੀ ਤਾਲ ਸਮ ਤੋਂ ਚੱਕਣੀ ਹੈ। ਬਰਸ ਸਰਸ ਮਾ ਗਾ ਮਾ ਰੀ ਗਾ ਮਾ ਪਾ ਮਾ ਗਾ ਮਾ ਰੀ ਸਾ ਪਾ ਮਾ ਗਾ ਮਾ ਰੀ ਸਾ ਪਾ ਮਾ ਗਾ ਮਾ ਰੀ ਸਾ, ਬਰਸ ਸਰਸ ਆ ਗਿਆ। ਜਿਹੜੀ ਤੀਸਰੀ ਤਾਨ ਹੈ ਉਹ ਪਹਿਲੀ ਤਾਨ ਹੀ ਹੈ, ਪਹਿਲੀ ਤਾਨ ਤੁਸੀਂ ਸਰਸ ਤੋਂ ਬਾਅਦ ਚੱਕਦੇ ਹੋ, ਇਹ ਤੀਸਰੀ ਤਾਨ ਨੂੰ ਸਮ ਤੋਂ ਚੱਕਣਾ ਹੈ ਬਸ। ਪਾ ਮਾ ਗਾ ਮਾ ਰੇ ਸਾ, ਇਹ ਤਿੰਨ ਵਾਰੀ ਵਜਾਣਾ ਹੈ। ਪਾ ਮਾ ਗਾ ਮਾ ਰੇ ਸਾ ਪਾ ਮਾ ਗਾ ਮਾ ਰੇ ਸਾ ਪਾ ਮਾ ਗਾ ਮਾ ਰੇ ਸਾ, ਬਰਸ ਸ਼ੁਰੂ ਵਿੱਚ ਉਹੀ ਹੈ ਪਹਿਲੀ ਤਾਨ ਵਾਲਾ, ਮਾ ਗਾ ਮਾ ਰੀ ਗਾ ਮਾ, ਇਹ ਸਾਰਾ ਪਹਿਲੀ ਤਾਨ ਵਾਲਾ ਹੈ। ਪਾ ਮਾ ਗਾ ਮਾ ਰੇ ਸਾ ਇਹ ਬਸ ਤਿੰਨ ਵਾਰੀ ਵਜਾਣਾ ਹੈ, ਇਹ ਫਿਰ ਤੁਹਾਡੀ 12 ਮਾਤਰਾ ਦੀ ਤਾਨ ਹੋ ਜਾਏਗੀ। ਇੱਦਾਂ ਹੀ ਚੌਥੀ ਤਾਨ ਹੈ ਦੂਸਰੀ ਤਾਨ ਵਾਂਗੂ, ਉਸਨੂੰ ਬਸ ਲਾਸਟ ਵਾਲੇ ਜਿਹੜੇ ਤਿੰਨ ਮਾਤਰਾ ਹਨ ਉਹਨੂੰ ਤੁਸੀਂ ਤਿੰਨ ਵਾਰੀ ਬੋਲਣਾ ਹੈ। ਦੇਖੋ ਕਿਸ ਤਰ੍ਹਾਂ, ਬਰਸ ਸਰਸ ਆ ਗਿਆ ਪਾਣੀ ਦਾ ਪਾ ਮਾ ਪਾ ਮਾ ਗਾ ਮਾ ਰੀ ਸਾ ਮਾ ਗਾ ਮਾ ਰੀ ਸਾ ਮਾ ਗਾ ਮਾ ਰੀ ਸਾ, ਬਰਸ ਸਰਸ ਆ ਗਿਆ, ਬਰਸ ਸਰਸ ਆ ਗਿਆ ਪਾਣੀ ਦਾ ਪਾ ਮਾ ਪਾ ਮਾ ਗਾ ਮਾ ਰੀ ਸਾ ਮਾ ਗਾ ਮਾ ਰੀ ਸਾ, ਤਿੰਨ ਵਾਰੀ ਬੋਲਣਾ ਹੈ। ਮਾਗਾ ਮਾਰੀ ਸਾ ਮਾਗਾ ਮਾਰੀ ਸਾ ਮਾਗਾ ਮਾਰੀ ਸਾ, ਬਰਸ। ਜਿਹੜੀ ਪੰਜਵੀਂ ਤਾਨ ਹੈ ਉਹ ਵੀ ਸਮ ਤੋਂ ਚੱਕਣੀ ਹੈ। ਬਰਸ ਸਰਸ ਆ ਗਿਆ ਪਾਣੀ ਧਾਨੀ ਸਾ ਧਾਨੀ ਪਾ ਮਾਗਾ ਮਾਰੀ ਸਾ ਧਾਨੀ ਪਾ ਮਾਗਾ ਮਾਰੀ ਧਾਨੀ ਪਾ ਮਾਗਾ ਮਾਰੀ ਸਾ ਗਾ ਮਾਰੀ ਸਾ ਗਾ ਮਾਰੀ ਸਾ, ਬਰਸ। ਜਿੱਥੇ ਐਸ ਐਸ ਹੈ ਗਾਮਾ ਰੇਸਾ, ਗਾਮਾ ਰੇਸਾ ਇੱਕ ਦੋ, ਗਾਮਾ ਰੇਸਾ ਇੱਕ ਦੋ, ਗਾਮਾ ਰੇਸਾ, ਬਰਸ। ਉੱਥੇ ਖਾਲੀ ਵਜਾਣਾ ਹੈ ਇਸ ਤਰ੍ਹਾਂ, ਹਾਰਮੋਨੀਅਮ ਦੀ ਸੁਰ ਵਜਾ ਦੇਣੀ ਹੈ ਦੋ ਵਾਰੀ। ਗਾਮਾ ਰੇਸਾ ਗਾਮਾ ਰੇਸਾ, ਬਰਸ। ਇੱਕ ਵਾਰੀ ਪੰਜਵੀਂ ਤਾਨ ਫਿਰ ਦੇਖੋ, ਬਰਸ ਸਰਸ ਆ
ਪਾਨੀ ਥਾਪਾ ਇਹ ਨੀ ਕੋਮਲ ਪਾਨੀ ਥਾਪਾ ਨੀ ਧਾ ਨੀ ਸਾ ਧਾ ਨੀ ਪਾ ਮਾ ਗਾ ਮਾ ਰੇ ਸਾ ਧਾ ਨੀ ਪਾ ਮਾ ਗਾ ਮਾ ਰੇ ਸਾ ਧਾ ਨੀ ਪਾ ਮਾ ਗਾ ਮਾ ਰੇ ਸਾ ਬਰਸ ਸਰਸ ਇਹ ਹੈ ਪੰਜ ਤਾਨਾ। ਹੁਣ ਆਪਾਂ ਤਬਲੇ ਦੀ ਤਾਲ ਦੇ ਨਾਲ ਤੁਹਾਨੂੰ ਗਾਇਨ ਕਰਕੇ ਦੱਸਦੇ ਹਾਂ ਕਿਸ ਤਰ੍ਹਾਂ ਗਾਇਨ ਕਰਨਾ ਹੈ। ਸਭ ਤੋਂ ਸ਼ੁਰੂ ਕਰਨਾ ਹੈ ਸ਼ਬਦ ਸੀ ਤਾਨਾ। ਇਸਦਾ ਤੁਸੀਂ ਰਿਆਜ਼ ਕਰੋਗੇ, ਧਿਆਨ ਨਾਲ ਵੀਡੀਓਜ਼ ਨੂੰ ਦੇਖੋਗੇ, ਬੰਦਿਸ਼ ਵਿੱਚ ਵੀ ਤੁਸੀਂ ਧਿਆਨ ਨਾਲ ਦੇਖੋਗੇ, ਫਿਰ ਤੁਹਾਨੂੰ ਇਹ ਤਾਨਾ ਗਾਇਨ ਕਰਨੀਆਂ ਆ ਜਾਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।